ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਸਰਵੇਖਣ ਅਸੀਂ ਕਰਵਾਇਆ ਉਸ ਦੇ ਨਤੀਜਿਆਂ ਦੇ ਮੁਤਾਬਕ ਜ਼ਾਕਰ ਨਗਰ ਦੇ 49% ਲੋਕ ਕਾਂਗਰਸ ਦੇ ਹੱਕ ਵਿੱਚ ਵੋਟਾਂ ਦੇਣ ਨੂੰ ਰਾਜ਼ੀ ਨੇ ਅਤੇ 32% ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਥੇ ਬੀਜੇਪੀ ਕਾਫੀ ਪਿੱਛੇ ਹੈ 5% ਲੋਕ ਹੀ ਬੀਜੇਪੀ ਨੂੰ ਸਮਰਥਨ ਦੇ ਰਹੇ ਨੇ ਤੇ ਅਦਰਸ ਦੇ ਖਾਤੇ ਵਿੱਚ 2% ਲੋਕਾਂ ਨੇ ਸਮਰਥਨ ਦੇਣ ਦੀ ਗੱਲ ਕਹੀ ਹੈ ਉਧਰ ਅਨਡਿਸਾਈਡਿਡ ਫੈਕਟਰ 12% ਦਾ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਲੋਕਾਂ ਨੇ ਜਿਹੜੇ ਮੁੱਦੇ ਸਾਡੇ ਸਾਹਮਣੇ ਚੋਣ ਸਰਵੇਖਣ ਦੇ ਦੌਰਾਨ ਲਿਆਂਦੇ ਉਹ ਬਿਜਲੀ ਪਾਣੀ ਭ੍ਰਿਸ਼ਟਾਚਾਰ ਟ੍ਰੈਫਿਕ ਸਮੱਸਿਆ ਅਤੇ ਖਾਸ ਕਰ ਬਿਜਲੀ ਦੇ ਜਿਹੜੇ ਪਾਰ ਕੱਟਸ ਲੱਗਦੇ ਨੇ ਇਸ ਨੂੰ ਤਰਜੀਹ ਦਿੰਦਿਆਂ ਹੋਇਆਂ ਲੋਕ ਇਸ ਵਾਰ ਵੋਟਾਂ ਪਾਉਣਗੇ ਕੁਝ ਲੋਕਾਂ ਨੇ ਡਿਮੋਨੀਟਾਈਜੇਸ਼ਨ ਦਾ ਵੀ ਇੱਥੇ ਜ਼ਿਕਰ ਕੀਤਾ ਅਤੇ ਤੁਹਾਨੂੰ ਦੱਸ ਦਈਏ ਕਿ ਕੁਝ ਲੋਕਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਸ ਇਲਾਕੇ ਦੇ ਵਿੱਚ ਪਾਕ ਦੀ ਸਹੂਲਤ ਨਹੀਂ ਹੈ ਵਧੀਆ ਪਾਕ ਹੋਣੇ ਚਾਹੀਦੇ ਨੇ ਤਾਂ ਕਿ ਇੱਕ ਰਹਿਣ ਦਾ ਵਧੀਆ ਮਾਹੌਲ ਉਹਨਾਂ ਨੂੰ ਮਿਲ ਸਕੇ ਇਸ ਇਲਾਕੇ ਦੇ ਵਿੱਚ ਇੱਕ ਖਾਸ ਗੱਲ ਹੋਰ ਸਾਹਮਣੇ ਆਈ ਕਿ ਆਮ ਆਦਮੀ ਪਾਰਟੀ ਦੇ ਨਾਲ ਕੁਝ ਲੋਕ ਜਾਣਾ ਚਾਹੁੰਦੇ ਨੇ ਅਤੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨੇ ਉਹ ਇਹ ਚਾਹੁੰਦੇ ਨੇ ਕਿ MCD ਜਿਹੜੀ ਹੈ ਉਹ ਆਮ ਆਦਮੀ ਪਾਰਟੀ ਹੀ ਇਸ ਵਾਰ ਆਪਣੇ ਕਬਜ਼ੇ ਹੇਠ ਲਵੇ ਆਮ ਆਦਮੀ ਪਾਰਟੀ MCD ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕਰੇ